नमस्कार, स्पेशल न्यूज़ पंजाबी ते ताड़ा सब दा स्वागत है। कपूरथला दे अजीत नगर विच लड़की दी कुटमार, लड़की नू जबरदस्ती घर विचों खिंच के कुटिया ते बच्चियां नू भी कुटिया। पीड़ित परिवार ने प्रशासन तो मंग कीती कि सानू इंसाफ दवाया जावे। स्पेशल न्यूज़ पंजाबी दे रिपोर्टर सोनू ओजला दी विशेष रिपोर्ट। धन्यवाद। चाहिदा जी, आपां नूं इंसाफ चाहिदा। जिहड़ा मेरे घरदिआं नाल धक्का होया। तुहाडी घरवाली नूं कुटमार क्यों कीता गया? ਇਹ ਸਰ ਇਹਨਾਂ ਦੀ ਗੱਡੀ 'ਚ ਥੋੜ੍ਹਾ ਜਿਹਾ ਮੋਟਰਸਾਈਕਲ ਵੱਜ ਗਿਆ ਸੀਗਾ ਅਤੇ ਅਸੀਂ ਇਹਨਾਂ ਨੂੰ ਕਿਹਾ ਸੀ ਗੱਡੀ ਸਹੀ ਕਰਾ ਦਾਂਗੇ। ਇਹ ਕਹਿੰਦੇ ਨਹੀਂ ਜੀ, ਅਸੀਂ 25,000 ਰੁਪਈਆ ਲੈਣਾ। ਕਿਹਨਾਂ ਦੀ ਗੱਡੀ ਨੂੰ ਹੋਇਆ ਸੀਗਾ? ਵੀਰੇ ਦੀ ਭੈਣ ਹੈਗੀ ਆ, ਸੁੱਖ। ਅੱਛਾ, ਮਾਸੀ ਦੀ ਕੁੜੀ ਆ। ਅਤੇ ਮੈਨੂੰ ਕਹਿੰਦੇ 25,000 ਲੈਣਾ। ਮੈਂ ਕਿਹਾ ਮੈਂ 25,000 ਨਹੀਂ ਦੇ ਸਕਦਾ। ਅਤੇ ਕਹਿੰਦੀ ਏਜੰਸੀ ਤੋਂ ਸਹੀ ਕਰਾਉਣਾ। ਮੈਂ ਕਿਹਾ ਤੁਸੀਂ ਏਜੰਸੀ ਤੋਂ ਕਰਾ ਦਿਓ ਅਤੇ ਆਪਣਾ ਇੰਸ਼ੋਰੈਂਸ ਲੈ ਲਓ। ਕਹਿੰਦੀ ਇੰਸ਼ੋਰੈਂਸ ਨਹੀਂ ਲੈਣਾ, ਤੇਰੇ ਤੋਂ 25,000 ਰੁਪਈਆ ਲੈਣਾ। ਮੈਂ ਕਿਹਾ ਮੇਰੇ ਤੋਂ 25,000 ਹੈ ਨਹੀਂ, ਮੈਂ ਗੱਡੀ ਸਹੀ ਕਰਾ ਸਕਦਾ। ਫਿਰ ਉੱਤੇ ਥਾਣੇ 'ਚ ਇਹਨਾਂ ਨੇ ਰਾਤ ਨੂੰ ਆ ਕੇ ਮੇਰੇ ਘਰ ਲੱਤਾਂ ਲੁੱਤਾਂ ਮਾਰੀਆਂ। ਅਗਲੇ ਦਿਨ ਮੈਂ ਦਰਖਾਸਤ ਦਿੱਤਾ ਅਤੇ SSO ਦੇ ਸਾਹਮਣੇ ਸਾਰਾ ਆਪਣਾ ਰਾਜੀਨਾਮਾ ਹੋ ਗਿਆ। ਉੱਤੋਂ ਹਫ਼ਤਾ ਬਾਅਦ ਅਸੀਂ ਇੱਥੋਂ ਕਮਰਾ ਚੇਂਜ ਕਰਨਾ ਸੀ ਅਤੇ ਮੈਂ ਆਪਣੇ ਬੰਦ ਲੇਬਰਾਂ ਨੂੰ ਕੰਮ 'ਤੇ ਲਾਉਣ ਗਿਆ ਅਤੇ ਪਿੱਛੋਂ ਮੇਰੀ ਵਾਈਫ ਨੂੰ ਗੇਟ ਮੋਰਿਓ, ਮਤਲਬ ਘੜੀਸ ਕੇ ਬਾਲਾਂ ਤੋਂ ਅੰਦਰ ਲੈ ਜਾ ਕੇ, ਚਾਰ ਜਨਾਨੀਆਂ ਸੀ, ਇੱਕ ਉਹਦੀ ਨੌਕਰਾਨੀ, ਇੱਕ ਉਹਦੀ ਮਤਲਬ ਕਿਰਾਏਦਾਰ, ਇੱਕ ਉਹਦੀ ਮਾਂ, ਇੱਕ ਸੁੱਖ, ਠੀਕ ਹੈ ਜੀ। ਅਤੇ ਇੱਕ ਉਹਦਾ ਕਿਰਾਏਦਾਰ ਦਾ ਘਰ ਵਾਲਾ ਵੀ ਸੀ, ਇੱਕ ਭਰਾ ਸੀਗਾ ਉਹਦਾ ਜਿਹਦਾ ਨਾਂ ਹੈਗਾ ਗੋਲਡੀ। ਇਹਨਾਂ ਨੇ ਮੇਰੇ ਬੱਚਿਆਂ ਨੂੰ ਵੀ ਮਾਰਿਆ ਅਤੇ ਅੰਦਰ ਇੱਕ ਘੰਟਾ ਮੇਰੀ ਘਰ ਦੀ ਨਾਲ ਕੁੱਟਮਾਰ ਹੋਈ ਅਤੇ ਮੇਰੀ ਬੇਟੀ, ਮੇਰੇ ਨਿੱਕੇ ਨਿੱਕੇ ਬੱਚੇ ਜਾ ਕੇ ਅਤੇ ਸ਼ੀਸ਼ਾ ਤੋੜ ਕੇ ਫਿਰ ਵੀਡੀਓ ਬਣਾਏ, ਨਹੀਂ ਤਾਂ ਇਹਨਾਂ ਇਹ ਵੀਡੀਓ ਬਣਾਉਣ ਵੀ ਨਹੀਂ ਦਿੰਦੇ ਸੀ। ਤੁਸੀਂ ਹੁਣ ਇਸ ਟਾਈਮ ਜਿਹੜੇ ਤੁਹਾਡੇ ਮਿਸਿਜ ਆ, ਹਾਂਜੀ, ਉਹ ਹਸਪੀਟਲ ਦਾਖਲ ਆ? ਉਹ ਹਸਪੀਟਲ ਸਿਵਲ। ਕਿਹੜੇ ਹਸਪੀਟਲ ਦਾਖਲ ਆ? ਸਿਵਲ ਹਸਪੀਟਲ ਦਾਖਲ ਆ ਜੀ, ਕਪੂਰਥਲਾ ਦੇ ਵਿੱਚ? ਹਾਂਜੀ, ਕਪੂਰਥਲਾ ਜੀ। ਠੀਕ ਆ, ਉੱਥੇ ਹੁਣ ਕੋਈ ਸੁਣਵਾਈ? ਉਹ ਕੋਈ ਸੁਣਵਾਈ ਨਹੀਂ ਜੀ। SHO ਸਾਹਿਬ ਵੀ ਸਵੇਰ ਦਾ ਇੱਥੇ ਖੜਾ ਕੀਤਾ ਵਾ ਕਿ ਮੈਂ ਮੌਕਾ ਦੇਖਣ ਆ ਰਿਹਾ ਅਤੇ ਹਜੇ ਤੱਕ ਨਹੀਂ ਆਏ। ਮੈਂ ਫੋਨ ਕੀਤਾ ਅਤੇ ਮੈਨੂੰ ਕਹਿੰਦੇ ਜਦੋਂ ਮੇਰੇ ਕੋਲ ਟਾਈਮ ਹੋਊਗਾ ਤਾਂ ਆ ਜਾਊਂਗਾ, ਮੈਂ ਫ੍ਰੀ ਹੋ ਕੇ ਆਊਂਗਾ ਤਾਂ ਮੈਂ ਆਊਂਗਾ, ਤੂੰ ਉੱਥੇ ਖੜਾ ਰਹਿ। ਤੁਸੀਂ ਪ੍ਰਸ਼ਾਸਨ ਕੋਲੋਂ ਉੱਚ ਅਧਿਕਾਰੀ ਕੋਲ ਮੰਗ ਕੀਤੀ ਕੋਈ? ਨਹੀਂ ਜੀ, ਇਹ ਸੁਣਵਾਈ ਨਹੀਂ ਕਰਨਗੇ, ਫਿਰ ਅਸੀਂ ਗਾਂ ਜਾਵਾਂਗੇ ਕਿਸੇ ਨਾ ਕਿਸੇ। ਠੀਕ ਆ, ਤੁਸੀਂ ਇਸ ਟਾਈਮ ਇਨਸਾਫ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਆ? ਮੇਰੇ ਬੱਚਿਆਂ ਨੂੰ ਜਿਹੜਾ ਕੁੱਟਿਆ ਉਹਦਾ ਇਨਸਾਫ ਚਾਹੀਦਾ। ਹਾਂਜੀ, ਕਾਨੂੰਨ ਕਾਰਵਾਈ ਹੋਵੇ। ਜੇ ਕੱਪੜੇ ਪਾ ਰਿਹਾ ਫਿਰ ਲੱਤਾਂ ਨਾ ਕੁੱਟਿਆ, ਜੇ ਪੁਲਿਸ ਵਾਲੇ ਨਾ ਆਉਂਦੇ, ਬੂਹਾ ਨਾ ਖੁੱਲਾਂਦੇ ਤਾਂ ਮੇਰੀ ਜਨਾਨੀ ਨੇ ਮਾਰ ਦੇਣਾ ਸੀ। ਤੁਹਾਡੇ ਕੋਲ ਕੋਈ ਵੀਡੀਓ ਵੀ ਹੈਗੀ ਆ? ਮੇਰੇ ਕੋਲ ਵੀਡੀਓ ਸਾਰੀ ਹੈਗੀ, ਗੇਟ ਮੋਰੇ ਘਸੀਟ ਕੇ ਲੈ ਕੇ ਅੰਦਰ ਲੱਤਾਂ ਨਾਲ ਕੁੱਟਣ ਡੇ ਚਾਰ ਜਨਾਨੀਆਂ, ਉਹ ਸਾਰੀਆਂ ਵੀਡੀਓ ਮੇਰੇ ਕੋਲ ਹੈਗੀ। ਦੋ ਮੁੰਡੇ ਸੀ ਗੋਲਡੀ, ਇਹ ਸ਼ਾਇਦ ਇਹਦੇ ਜੀ ਵੀਰਾ ਐਮ ਸੀ ਉਹਦੀ ਭੈਣ ਹੈਗੀ ਅਤੇ ਉਹਦੀ ਸ਼ਾਇਦ ਨਾਲ ਸਾਰੀ ਕੰਮ ਹੋ ਰਿਹਾ, ਮਤਲਬ ਕਾਂਗਰਸ ਦੀ ਸ਼ਾਇਦ ਹੋ ਰਿਹਾ। ਕਾਂਗਰਸ ਸਰਕਾਰ ਤਾਂ ਇਸ ਟਾਈਮ ਪੁਲਿਸ ਪ੍ਰਸ਼ਾਸਨ ਨਹੀਂ ਸੁਣਨ ਡਿਆ, ਨਹੀਂ ਸੁਣਨ ਡਈ। ਤੁਸੀਂ ਕੀ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਕੋਲੋਂ? ਸਾਨੂੰ ਇਨਸਾਫ ਮਿਲੇ ਜੀ, ਕਾਨੂੰਨ ਕਾਰਵਾਈ ਹੋਣਾ ਚਾਹੀਦਾ। ਜੇ ਪੁਲਿਸ ਪ੍ਰਸ਼ਾਸਨ ਤੁਹਾਡੀ ਨਹੀਂ ਸੁਣਵਾਈ ਕਰਦਾ, ਤੁਸੀਂ ਅੱਗੇ ਕੀ ਕਰੋਗੇ? ਅੱਗੇ ਜਾਵਾਂਗੇ SSP, ਅਸੀਂ ਧਰਨਾ ਲਾਵਾਂਗੇ, ਪੂਰਾ ਧਰਨਾ ਲਾਵਾਂਗੇ, ਪੂਰਾ ਸਿਟੀ ਮੋਰੇ ਜਿੰਨਾ ਸਾਡਾ ਜਿੰਨੇ ਵੀ ਬੰਦੇ ਆ, ਜੋ ਵੀ ਅਸੀਂ ਕਰਾਂਗੇ, ਜਿੰਨਾ ਚਾਹੇ 100, 200, 500 ਬੰਦੇ।